ਤਿਉਹਾਰਾਂ ਦੇ ਮੌਕੇ ਕੈਨੇਡਾ ਵਿੱਚ ਵੀ ਸਜੀਆਂ ਮਾਰਕੀਟਾਂ। ਪੇਸ਼ ਹੈ ਪੱਤਰਕਾਰ ਸ਼੍ਰੀ ਸ਼ਿਵ ਕੌੜਾ ਜੀ ਦੀ ਕੈਨੇਡਾ ਤੋਂ ਰਿਪੋਰਟ। ਫਗਵਾੜਾ ਤੋਂ ਸ਼ਿਵ ਕੌੜਾ, ਟੁਨ ਚੈਨਲ ਦੇ ਏਰੀਆ ਚੀਫ ਨਿਊਜ਼ ਐਡੀਟਰ, ਕੈਨੇਡਾ ਬਰੰਮਟਨ 'ਚ ਪਹੁੰਚੇ। ਅੱਜ ਮੈਂ ਸਬਜ਼ੀ ਮੰਡੀ ਏਰੀਆ ਭਾਰਤ ਮਾਤਾ ਮੰਦਰ ਦੇ ਜਾਂ ਇੱਥੇ ਦੇਖਦੇ ਹਾਂ, ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਨਵਰਾਤਰਿਆਂ ਦੀ ਜੋ ਜਗਦੀ ਹੈ ਮਹਾਮਾਰੀ ਤੋਂ। ਪਰਸ਼ੁਰਾਮ ਜੀ ਬਜਰੰਗ ਬਹੁਤ ਹੀ ਵਧੀਆ ਨਜ਼ਾਰਾ ਦੇਖਣ ਨੂੰ ਮਿਲ ਰਿਹਾ। ਕੈਨੇਡਾ ਬਰੰਮਟਨ ਸਬਜ਼ੀ ਮੰਡੀ ਸਟੋਰ 'ਤੇ ਪਹੁੰਚੇ ਆ। ਕੈਨੇਡਾ ਸਟੋਰਾਂ 'ਤੇ ਕਰਵਾ ਚੌਥ ਦਾ ਤਿਉਹਾਰ ਦਾ ਸਮਾਨ ਬੜੇ ਜ਼ੋਰਾਂ ਸ਼ੋਰਾਂ ਨਾਲ ਵਿਕ ਰਿਹਾ ਹੈ। ਮਹਿੰਦੀ, ਚੂੜੀਆਂ, ਹਰ ਚੀਜ਼ ਬਹੁਤ, ਤੁਸੀਂ ਇੱਦਾਂ ਹੀ ਲੱਗਦਾ ਕਿ ਇੰਡੀਆ ਹੀ ਬੈਠੇ ਹੋ। ਮੱਠੀਆਂ, ਮਿੱਠੀਆਂ ਮੱਠੀਆਂ, ਫਿੱਕੀਆਂ ਮੱਠੀਆਂ ਹਰ ਚੀਜ਼ ਅਵੇਲੇਬਲ। ਤੁਮ ਚੈਨਲ ਵੱਲੋਂ ਵਿਸ਼ੇਸ਼ ਤੌਰ 'ਤੇ ਸਾਡੀ ਟੀਮ ਨੇ ਦੌਰਾ ਕੀਤਾ, ਬਹੁਤ ਹੀ ਵਧੀਆ ਬਰਤਾਂ ਦਾ ਸਾਰਾ ਸਮਾਨ ਵੀ ਹੈਗੀ।